ਤੇ 1,65,000 ਰੁਪਇਆ ਡਿਮਾਂਡ ਆ, ਜਿਵੇਂ ਵੇਚਣ ਵਾਲਾ ਰੇਟ ਆ, ਵੇਚਣ ਵਾਲਾ ਰੇਟ ਆ, ਕਬਾੜੀ ਨੀ ਕਹਿੰਦੇ ਵੀ ਆ ਬੰਪਰ ਦਾ ਇੰਨਾ ਉਹ ਤੱਕ ਜਾਂਦੇ ਜਾਂਦੇ ਉਹਨਾਂ ਨੇ ਇੱਥੋਂ ਵੜ ਜਾਣਾ ਕਬਾੜੀ ਨੇ, ਉਹ ਤੱਕ ਇੰਨੇ ਕੁ ਦਾ ਹੈਗਾ। ਉਹ ਵੀਡੀਓ ਦੇਖ ਕੇ ਸਕਰੀਨ ਸ਼ਾਟ ਦਿਖਾ ਦਿਓ ਬਾਈ ਕੁਲਵੀਰ ਨੂੰ, ਆਹ ਸਵਰਾਜ 855 ਟਰੈਕਟਰ 514 ਘੰਟੇ ਲਿਆ, 21 ਮਾਡਲ ਆ, ਤੇ ਇਹਦੇ ਵਿੱਚੋਂ ਡਿਸਕਾਊਂਟ ਹੋ ਗਿਆ 25,000। ਆਧਾਰ ਕਾਰਡ ਤੇ ਵੀ ਦੇ ਦਾਂਗੇ, ਇਹ ਗਹਿਣਾ ਹੈਗਾ, ਇਹ ਜਮਾ ਗਹਿਣਾ ਹੈ। ਹਾਂ ਦੇਖੋ ਯਾ ਹੁਣ ਤਾਂ ਜਿਵੇਂ ਕਿਹਦੇ ਕੈਮਰਾ ਬਰਵਾਈ ਤੇ ਚਾਰ ਸਪਰੇ ਮੜਾ, ਇਹ ਟਾਇਰਾਂ ਦੇ ਨਵਾਂ, ਟਾਇਰਾਂ ਦਾ ਨਵਾਂ ਤੇ ਮਾਡਲ 97 ਆ, ਪੰਜਾਬ ਨੰਬਰ ਆ, ਪੰਜਾਬ ਨੰਬਰ ਹੈ, ਠੀਕ ਆ। ਗੋਡੇ ਗਿੱਟਾਂ ਜਾਂਦੇ ਵੀ ਪੂਰੀਆਂ ਉਵੇਂ ਪਈਆਂ, ਹਾਂ ਇੱਧਰ ਸਾਰੇ ਜਿੱਥੇ ਜਿਵੇਂ ਜਿਵੇਂ ਕੰਪਨੀ ਵੱਲੋਂ ਆਉਂਦੀਆਂ ਉਵੇਂ ਪਈਆਂ ਸਾਰੀਆਂ। ਆਹ ਦੇਖੋ ਮਿੱਤਰੋ, ਲਗਭਗ ਐਂ ਕਹਿ ਸਕਦੇ ਹਾਂ ਜਿੰਨੀਆਂ ਕੁ ਕੰਪਨੀ ਨਿਸ਼ਾਨੀਆਂ ਲਾ ਕੇ ਏਜੰਸੀ ਚੋਂ ਬਾਹਰ ਕੱਢਦੀ ਹੈ ਤੇ ਸਾਰੀਆਂ ਬਰਕਰਾਰ, ਸਾਰੀਆਂ ਪਈਆਂ। ਸਤਿ ਸ਼੍ਰੀ ਅਕਾਲ ਦੋਸਤੋ, ਦੋਸਤੋ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ, ਯੂਟਿਊਬ ਚੈਨਲ ਤੇ ਸਾਰਿਆਂ ਦਾ, ਤੇ ਆਪਾਂ ਖੜੇ ਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ। ਜਿਵੇਂ ਕੁਲਵੀਰ ਕਹਿੰਦੇ ਸੂਰਜ ਨੇ ਮਾੜੀ ਜਿਹੀ ਝਲਕ ਦਿਖਾਈ ਤੇ ਮੰਡੀ ਭਰ ਗਈ ਹਨਾ, ਹਾਂ ਬਾਈ, ਤੇ ਹੁਣ ਰੌਣਕਾਂ ਲੱਗਣ ਲੱਗ ਗਈਆਂ ਮਿੱਤਰੋ ਮੰਡੀ ਦੇ ਵਿੱਚ। ਤੇ ਬਾਈ ਕੁਲਵੀਰ ਕੋਲ ਨਵੇਂ ਟਰੈਕਟਰ ਵੀ ਆਏ ਆ, ਕੁਛ ਪਹਿਲਾਂ ਵਾਲੇ ਵੀ ਖੜੇ ਆ, ਤੇ ਸਾਰੇ ਟਰੈਕਟਰਾਂ ਦੀ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ, ਤੇ ਕਿੰਨਾ ਡਿਸਕਾਊਂਟ ਦਿੰਦਾ ਤੇ ਇਸ ਵਾਰ ਧਮਾਕੇ ਵੀ ਵੱਡੇ ਕਰਾਂਗੇ ਤੇ ਗੱਲਬਾਤ ਕਰਨ ਲੱਗਿਆਂ ਸਟਾਰਟ। ਹੋਰ ਕੁਲਵੀਰ ਭਲਾ ਸਿਹਤਾਂ ਕਹਿਵਾਂ? ਵਧੀਆ ਬਾਈ, ਬਹੁਤ ਵਧੀਆ, ਠੀਕ ਠਾਕ, ਆਪਣੇ ਦੱਸੋ ਠੀਕ ਠਾਕ? ਉਰੇ ਵਧੀਆ। ਜਿਵੇਂ ਆ ਟਰੈਕਟਰ ਦੀ ਗੱਲ ਕਰੀਏ, ਇੰਡੋ ਫਾਰਮ ਦੂਰੋਂ ਆਉਂਦਿਆਂ ਨੂੰ ਹਾਲੈਂਡ ਦਾ ਭੁਲੇਖਾ ਪਾਉਂਦਾ ਮੂਹਰੋਂ ਇਹ, ਹਾਂ ਕਿ ਨਹੀਂ? ਜਿਵੇਂ 30-32 ਨਹੀਂ ਸੀ ਆਏ, ਉੱਥੋਂ ਬੰਦਾ ਦੇਖ ਕੇ ਇੱਥੋਂ ਕਹਿੰਦਾ ਵੀ ਹਾਲੈਂਡ ਖੜਾ ਕਿਹਦਾ, ਇਹਦਾ ਜਿਹੜਾ ਮੂਹਰੇ ਆ ਮੋਨੋਗ੍ਰਾਮ ਹੈ ਨਾ, ਹਾਂ ਇਹ ਹਾਲੈਂਡ ਵਾਲਾ ਹੀ ਆ, ਬਸ ਇਹਦੇ ਬਿਜਲੇ ਤੀਰ ਦੇ ਨਿਸ਼ਾਨਾਂ ਦਾ ਹੀ ਫਰਕ ਹੈ, ਤੀਰ ਦੇ ਨਿਸ਼ਾਨਾਂ ਦੀ ਫਰਕ ਆ ਤੇ ਹੈ ਉਹੀ 30-32 ਵਾਲਾ ਕੰਮ ਹੀ ਆ, ਉਹੀ ਖੋਪੜੀ ਹੈ, ਠੀਕ ਹੈ, ਉਹੀ ਮੋਨੋਗ੍ਰਾਮ ਹੈ, ਉਹੀ ਸੇਮ ਸਾਈਜ਼ ਹੀ ਹੈਗਾ, ਠੀਕ ਹੈ। ਤੇ ਇਹ ਹੈਗਾ ਜੀ ਮਾਡਲ 13 ਤੇ ਤੁਰਿਆ, ਉਹਨਾਂ ਨੂੰ ਪਹਿਲਾਂ ਮਤਾ ਕਿਹਾ ਕਿਤੇ ਪਹਿਲਾਂ 30-32 ਬਹੁਤ ਵੇਚਿਆ ਬਾਈ ਕੁਲਵੀਰ ਨੇ ਲਿਆ ਕੇ ਚੰਗੇ ਟਰੈਕਟਰ, ਤੇ ਮਤਾ ਕਿਹਾ ਕਿਤੇ ਪਹਿਲਾਂ ਵਾਲਾ ਲਿਆਂਦਾ ਲੱਭ ਕੇ ਹੈ, ਇਹ 30-35 ਆ, ਇਹ 30-35 ਆ ਤੇ ਉਹ 32 ਸੀ ਹਾਲੈਂਡ। ਇਹ ਹੈਗਾ ਜੀ ਮਾਡਲ 13 ਤੇ ਡਿਮਾਂਡ ਰੱਖੀ ਆ 2,75,000 ਤੇ। ਇਹਦੇ ਬਾਰੇ ਹੁਣ ਜਾਣਕਾਰੀ ਦੇ ਕੀ ਗੱਲਬਾਤ ਹੈ ਇਹਦੇ ਵਿੱਚ ਟਰੈਕਟਰ ਦੀ? ਇਹ ਢਿੱਲੋਂ ਤੇਲ ਬ੍ਰੇਕਾਂ 'ਚ ਆ ਟਰੈਕਟਰ, ਠੀਕ ਆ, ਤੇਲ ਬ੍ਰੇਕਾਂ 'ਚ, ਡਬਲ ਟਾਇਰ ਨਵੇਂ ਆਮਾ ਕਰਲੇ, ਟਾਇਰ ਨਾਲ ਦੀ ਆ, ਅੱਛਾ ਨਾਲ ਦੇ ਆ, ਨਾਲ ਦੀ ਆ, ਟਾਇਰ ਬੜੇ ਚੰਗੇ ਪਏ ਆ ਮਿੱਤਰੋ, ਟਾਇਰ ਨਾਲ ਦੇ ਆ, ਟਰੈਕਟਰ ਦੀ ਇੰਜਨ ਗਨਿਓ ਕੰਡੀਸ਼ਨ ਵੀ ਪੂਰੀ ਚੰਗੀ, ਕੱਲਾ ਡੀਜ਼ਲ ਪੰਪ ਦਾ ਕੰਮ ਹੋਇਆ, ਠੀਕ ਆ, ਸੀਲਡ ਆ ਟਰੈਕਟਰ, ਸਾਰਾ ਸੀਲਡ ਆ, ਹਾਂ ਲੈ ਜੀ ਮਿੱਤਰੋ ਸਾਰਾ ਟਰੈਕਟਰ ਸੀਲਡ ਆ, ਤੇ ਇੱਧਰ ਆ ਕੇ ਮਾਰ ਦੀ ਕੈਮਰਾ, ਇੱਥੋਂ ਦੇਖੋ ਨਟ ਨੁਟ ਜੋੜ ਜਾੜ ਕੋਈ ਨਹੀਂ ਖੁੱਲਿਆ ਹਜੇ ਤੱਕ ਟਰੈਕਟਰ ਦਾ ਹਨਾ। 13 ਮਾਡਲ ਹੈ, ਫਸਟ ਆਉਣਰ ਹੈ, ਬਠਿੰਡਾ ਨੰਬਰ ਹੈ, ਬਠਿੰਡਾ ਨੰਬਰ ਆ, ਤੇ ਨਗਦ ਕੈਸ਼ ਦਾ, ਨਗਦ ਕੈਸ਼ ਦਾ, ਸਾਰੀਆਂ ਸਹੂਲਤਾਂ ਸਹੂਲਤਾਂ। ਤੇ ਇਹਦੇ ਹੁਣ ਜੇ 35 HP ਦੇ ਵਿੱਚ ਆ, ਇਹ 35 HP ਦੇ ਵਿੱਚ ਆ, ਮਗਰਾੜ ਦੇ ਉੱਤੇ ਕੈਮਰਾ ਮਰਵਾ ਦੇ, ਓਕੇ ਵਾਲੀਆਂ ਮੋਹਰਾਂ, ਠੀਕ ਹੈ, ਆ ਥੱਲੇ ਆ ਸਾਰੀ ਜਗ੍ਹਾ ਤੇ ਸਟicker, ਠੀਕ ਆ, ਆਹ ਜੀਆਂ ਉਹ ਆ ਗਈਆਂ ਜਰਸੀ ਦੀਆਂ, ਲੈ ਵੀ ਮਿੱਤਰੋ ਇੱਥੋਂ ਲਾ ਲਓ, ਚਲਾ ਤਾਂ ਆਪਾਂ ਕਹੇ ਨੇ ਵੀ ਇੱਥੇ ਤਾਂ ਚੱਲ ਬੰਦਾ ਚੜਦਾ ਚੜਦਾ ਤਾਂ ਲਾ ਹੀ ਦਿੰਦਾ, ਲਾ ਹੀ ਦਿੰਦਾ, ਆਹ ਚੀਜ਼ਾਂ ਦੇਖੋ ਤੁਸੀਂ, ਆਹ ਪਈਆਂ ਇਹ ਜਿੰਨੀਆਂ ਸਾਰੀਆਂ ਆਉਂਦੀਆਂ, 13 ਮਾਡਲ ਆ ਤੇ ਐ ਲਾਓ ਵੀ ਕਿੰਨੀ ਕਿਸਮਾਈ ਦੇ ਵਿੱਚ ਚੱਲਿਆ ਟਰੈਕਟਰ ਤੇ, ਉਹਦਾ ਮੋਹਰਾ ਦੱਸ ਦਿਆਂ, ਇੱਕ ਬੰਦੇ ਨਹੀਂ ਚਲਾਇਆ, ਅੱਛਾ ਇੱਕ ਬੰਦੇ ਨਹੀਂ ਚਲਾਇਆ, ਹਾਂ, ਤੇ ਦੇਖ ਸਕਦੇ ਹੋ ਮਿੱਤਰੋ ਮੋਹਰਾ ਮਾਰਾ ਸਾਰੀਆਂ, ਇੱਧਰ ਵੀ ਉਵੇਂ ਪਈਆਂ, ਇੱਧਰਲੇ ਪਾਸੇ ਇੱਧਰਲੀ ਸਾਈਡ ਵੀ ਉਵੇਂ ਪਈਆਂ, ਹਾਂ ਵੇਖ ਲਾ ਵੀਰੇ, ਠੀਕ ਹੈ, ਆ ਬਈ ਆਓ ਬਈ ਉਧਰ ਬਈ, ਠੀਕ ਆ, ਗੋਡੇ ਗਿੱਟਾਂ ਜਾਂਦੇ ਵੀ ਪੂਰੀਆਂ ਉਵੇਂ ਪਈਆਂ, ਹਾਂ ਇੱਧਰ ਸਾਰੇ ਜਿੱਥੇ ਜਿਵੇਂ ਜਿਵੇਂ ਕੰਪਨੀ ਵੱਲੋਂ ਆਉਂਦੀਆਂ ਉਵੇਂ ਪਈਆਂ ਸਾਰੀਆਂ। ਆਹ ਦੇਖੋ ਮਿੱਤਰੋ ਲਗਭਗ ਐਂ ਕਹਿ ਸਕਦੇ ਹਾਂ ਜਿੰਨੀਆਂ ਕੁ ਕੰਪਨੀ ਨਿਸ਼ਾਨੀਆਂ ਲਾ ਕੇ ਏਜੰਸੀ ਚੋਂ ਬਾਹਰ ਕੱਢਦੀ ਹੈ ਤੇ ਸਾਰੀਆਂ ਬਰਕਰਾਰ, ਸਾਰੀਆਂ ਪਈਆਂ, ਤੇ 13 ਮਾਡਲ ਆ, ਬਠਿੰਡਾ ਨੰਬਰ ਆ, ਬੰਦੇ ਨੇ ਇੱਕ ਨੇ ਚਲਾਇਆ, ਤੇ ਹੁਣ ਐਂ ਦੱਸ ਡਿਮਾਂਡ ਤਾਂ ਹੁਣ ਹੋ ਗਈ ਕੁਲਵੀਰ ਤੇਰੀ 2,75, ਦੇਣਾ ਕਿੰਨੇ ਦਾ?
ਜਵਾਬ ਦੇਣਾ ਵੀ ਐ ਕਰੋ, ਦੋ ਨੰਬਰ ਪਲਾਟ ਕਲਵੀਰ ਦਾ ਤੇ ਪਰੇ ਨੂੰ ਪਾਓ ਜਾਓਗੇ, ਕਿਲੋਮੀਟਰ ਤੱਕ ਟਰੈਕਟਰ ਹੀ ਖੜੇ ਆ। ਠੀਕ ਹੈ, ਲੋਨ ਦੀ ਸੁਵਿਧਾ ਨਾਲ ਹੀ ਆ। ਤੇ ਜੇ ਕਈ ਵਾਰੀ ਕੋਈ ਮੇਰੇ ਵਰਗਾ ਸਕਾਊਟ ਸਕੂਟ ਕਰਾਈ ਖੜਾ ਹੋਇਆ ਪੁਰਾਣਾ ਟਰੈਕਟਰ ਮੁੱਕਦੀ ਗੱਲ ਕਰੇ ਕੱਟਿਆ ਉਹਦਾ ਫਿਰ ਐਂ ਨਾ ਗੱਲ ਕਲਵੀਰ, ਜਿੰਨੇ ਦਾ ਹੈਗਾ ਉਨੇ ਦੀ ਕੱਟਿਆ ਜਾਂਦਾ, ਮੁੱਲ ਦਾ ਉਹ ਨਹੀਂ ਕੱਟਿਆ ਜਾਂਦਾ ਹਨਾ। ਤੇ ਉਦੋਂ ਆ ਗਿਆ ਮਿੱਤਰੋ ਸਵਰਾਜ 855 3 ਸਪੀਡ ਦੇ ਵਿੱਚ, ਤੇ ਇਹ ਮਾਡਲ ਕਿੰਨਾ? ਇਹ ਮਾਡਲ ਆ 2021 21 ਮਾਡਲ ਆ, ਪੰਜਾਬ ਨੰਬਰ ਆ। ਤੇ ਚੱਲਿਆ ਕਿੰਨਾ ਹੁਣ ਇਹ? ਚੱਲਿਆ ਹੋਊਗਾ ਇਹ, ਵੇਖ ਲਾ ਤੂੰ ਹੀ ਕਰ ਲਾ ਮੀਟਰ ਚੈੱਕ। ਇਹ ਚੱਲਿਆ ਮਿੱਤਰੋ 514 ਘੰਟੇ ਤੇ 50 ਮਿੰਟ ਨਵਾਂ। ਠੀਕ ਹੈ, ਜਿਹੜੇ ਬੰਦੇ ਨੇ ਲੈਣਾ ਹਾਰ ਪਾ ਕੇ ਲੈ ਲਓ। ਠੀਕ ਹੈ, ਤੇ ਟਰੈਕਟਰ ਮਿੱਤਰੋ ਐ ਲਾ ਲਓ ਵੀ, ਤੇ ਆਪਾਂ ਕਹੀਏ 21 ਮਾਡਲ ਆ। ਇੱਕ ਹੋਰ ਚੀਜ਼ ਦਿਖਾਉਣਾ ਤੈਨੂੰ। ਠੀਕ ਹੈ, ਚੱਲਣ ਤੋਂ ਕਈ ਵੀ ਰਿਕਮੈਂਡ ਕਰ ਦਿੰਦੇ ਆ, ਟਾਇਰ ਤਾਂ ਹੁੰਦੇ ਘਾਟਾ ਕਹਿ ਦਿੰਦੇ ਆ ਨਾ, ਟਾਇਰ ਵੱਧ ਦੱਸ ਦਿੰਦੇ ਆ। ਠੀਕ ਹੈ ਬਾਈ, ਕੈਮਰਾ ਲਿਆਈ ਨੇੜੇ? ਠੀਕ ਹੈ, ਇਹ ਸ਼ਕਤੀ ਲਾਈਫ ਪਲੱਸ ਦੇ ਟਾਇਰ ਐ ਮਾਰਫ ਦੇ, ਆ ਪਲੱਸ ਵੀ ਹਜੇ ਲਿਆ ਨੇ ਟਾਇਰ, ਸ਼ਕਤੀ ਲਾਈਫ ਪਲੱਸ ਦੇ ਤੇ ਆ ਜਿਹੜਾ ਮਾਰਕਾ ਹੁੰਦਾ ਉਵੇਂ ਪਿਆ। ਠੀਕ ਹੈ, ਕਈ ਬੰਦੇ ਕਹਿ ਦਿੰਦੇ ਯਾਰ ਟਾਇਰ ਤਾਂ ਘੱਟ ਹੁੰਦੇ ਆ, ਉਹੀ ਕਹਿ ਦਿੰਦੇ ਵੀਡੀਓ 'ਚ, ਕਹਿ ਦਿੰਦੇ ਵੀ ਵੱਧ ਪਿਆ ਹਨਾ ਟਾਇਰ, ਵੀ ਟਾਇਰ ਦੀਆਂ ਨਿਸ਼ਾਨੀਆਂ ਦੱਸ ਦਿੰਦੇ ਆ। ਬਸ ਘਾਸਾ ਵੀ ਨਹੀਂ ਪਿਆ ਇਹਨੂੰ, ਆਪਾਂ ਹੁਣ ਜੇ 90 ਪੈਸੇ ਕਹਿ ਲਓ, 95 ਕਹਿ ਲਓ, ਪਏ ਪੂਰੀ ਜਿਹੜਾ ਪੂਰੀ ਪਿਆ ਟਾਇਰ, 500 ਘੰਟੇ 'ਚ ਤਾਂ ਕਹਿੰਦੇ ਹੁੰਦੇ ਆ, 200 ਘੰਟੇ ਤਾਂ ਵਧਾਈਆਂ ਦੇਣ 'ਚ ਲੰਘ ਜਾਂਦਾ। ਇਹ ਤਾਂ ਫਿਰ ਮੈਨੂੰ ਐਂ ਲੱਗਦਾ ਵੀ ਇਹੋ ਜਿਹੇ ਵੀਰ ਦਾ ਟਰੈਕਟਰ ਆ ਜਿਹਦਾ ਜਹਾਜ਼ ਦੀ ਟਾਕੀ ਨੂੰ ਹੱਥ ਪੈ ਗਿਆ ਹੋਣਾ, ਜਾਂ ਤਾਂ ਜਾਂ ਖੇਤੀ ਕਹਿੰਦਾ ਜਹਾਜ਼ ਦੀ ਟਾਕੀ ਨੂੰ ਪਿਆ। ਬਸ ਹਰ ਇੱਕ ਬੰਦੇ ਦਾ ਯਾਰ ਤਮਾ ਨਹੀਂ ਕਿਸੇ ਦੀ ਭਰਦੀ, ਕਹਿੰਦੇ ਠੀਕ ਹੈ, ਉਹ ਕਹਿੰਦਾ ਮੈਂ 4x4 ਲੈਣਾ, ਮੈਂ ਉਹਨੇ 855 4x4 ਲੈ ਲਿਆ। ਠੀਕ ਹੈ, ਉਹਨੂੰ ਕੋਈ ਇਹ ਚੀਜ਼ਾਂ ਵੇਚਣ ਵਾਲੀਆਂ ਥੋੜ੍ਹੀ ਆ, ਜਾਂ ਇਹਨਾਂ ਤੋਂ ਥੋੜ੍ਹੀ ਅੱਕਣਾ ਹੈਗਾ। ਸਹੀ ਗੱਲ ਹੈ, ਇਹ ਤਾਂ ਉਹ ਹੈ ਕਹਿੰਦੇ ਹੁੰਦੇ ਆ ਵੀ ਇਹ ਤਾਂ ਗਹਿਣਾ ਹੈਗਾ, ਗਹਿਣਾ ਹਾਂ ਗਹਿਣਾ ਹੈਗਾ, ਇਹਦਾ ਜਿੰਨਾ ਪਿਆ ਉਹਨਾਂ ਵਧਣਾ ਹੈਗਾ, ਘਟਦਾ ਨਹੀਂ। ਹਾਂ ਯਾਰ, ਤੇ ਮਿੱਤਰੋ ਸਵਰਾਜ 855 ਕੰਪਨੀ ਜੇ ਕਹਦੀ ਇਹ, ਹੁਣ ਤਾਂ ਲਿਖ ਕੇ ਵੀ ਨਾਲ ਦੱਸਣ ਲੱਗ ਗਈ ਵੀ ਮੈਂ 74 ਦੀਆਂ 74 ਦੀਆਂ 74 ਸੈਂਸ 90 ਹਨਾ, ਕਿਸੇ ਅੰਗ ਨੂੰ ਚਾਬੀ ਨਹੀਂ ਲੱਗੀ, ਇਕੱਲੀ ਕੰਪਨੀ ਦੀ ਸਰਵਿਸ ਹੋਈ ਹੈ, ਕੰਪਨੀ ਦੀ ਸਰਵਿਸ ਹੋਈ ਆ। ਤੇ ਮਿੱਤਰੋ ਟਰੈਕਟਰ ਪੂਰਾ ਚੰਗਾ ਪਿਆ, 514 ਘੰਟੇ ਚੱਲਿਆ, 3 ਸਪੀਡ ਦੇ ਵਿੱਚ ਆ, 50 ਨੰਬਰਾਂ ਤੇ 755,000 ਡਿਮਾਂਡ, ਜਮਾ ਜਾਇਜ਼ ਡਿਮਾਂਡ ਹੈ। ਮੰਡੀ ਦੇ ਵਿੱਚ ਸਾਰੀ ਜਗੇੜਾ ਮਾਰ ਲਈ, ਇੱਕ ਗੱਲ ਦਾ ਦਾਅਵਾ ਹੈ ਵੀ ਇੰਨਾ ਕਿਸੇ ਦਾ ਰੇਟ ਹੋਵੇ ਇਸ ਕੰਡੀਸ਼ਨ ਟਰੈਕਟਰ। ਠੀਕ ਹੈ, 500 ਘੰਟੇ ਵਾਲੇ ਦਾ ਤੇ ਹੁਣ 55 ਦਾ ਫਿਰ ਬਾਹਲਾ ਲੱਗਦਾ ਮੈਨੂੰ, ਤਾਂ ਬਾਹਲਾ ਤੈਨੂੰ ਬਾਹਲਾ ਲੱਗਦਾ, ਮੈਨੂੰ ਨਹੀਂ ਬਾਹਲਾ ਲੱਗਦਾ। ਹੁਣ ਇਹ ਕਿੰਨੇ ਦਾ ਦੇਣਾ ਹੈ ਦੱਸ, ਲਿਖੇ ਜਾਇਜ਼ ਮੈਂ ਤੁਹਾਨੂੰ ਅੱਜ ਪਹਿਲੇ ਕਿਹਾ ਘਟਿਆ ਵੀ ਆਪਾਂ ਕੰਮ ਹੀ ਜਾਇਜ਼ ਜਾ ਕਰਨ ਲੱਗ ਗਏ। ਠੀਕ ਹੈ, ਪਰ ਉਹ ਚੱਲਣਾ ਨਹੀਂ ਉਹਤੇ ਕੰਮ। ਹਾਂ ਚੱਲਣਾ ਨਹੀਂ, ਇਹ ਤਾਂ ਫਿਰ ਮੰਗੇ ਮੌਤ ਵਾਲੀ ਗੱਲ ਆ ਜਾਂਦੀ ਹੈ, ਤਾਂ ਫਿਰ ਉਹ ਗੱਲ ਆ, 55 ਤਾਂ 2-5 ਹੈ ਨਾ ਜਿਹੜੇ ਚੰਗੇ ਨਹੀਂ ਲੱਗਦੇ, ਇਹਦੇ ਫਿਰ ਧਮਾਕਾ ਕਰ ਦਿੰਦੇ ਆ, ਕਰਦੇ ਫਿਰ ਕਿੰਨੇ ਕਿੰਨੇ ਦਾ ਦੇ ਉਹ? ਇੱਕ ਤੇ ਇੱਕ ਤੇ ਇੱਕ ਤੇ ਉਹ ਗਾਂ ਲੈ ਵਾਲੇ ਦੇਖਾਂਗੇ ਨਾ ਤੂੰ, ਕਿਰਾਏ ਤੇ ਤਾਂ ਕਰ। 7,35,000 ਦਾ, 7,35,000 ਦਾ, 20,000 ਪੂਰਾ ਰੇਟ ਲਿਖਿਆ ਹੈ ਜਮਾ ਜਾਇਜ਼। ਠੀਕ ਹੈ, 20,000 ਵੱਧ ਨਹੀਂ ਲਿਖਿਆ ਜਮਾ ਲੈਣ ਦੇਣ ਵਾਲਾ ਮੁੱਲ ਲਿਖਿਆ। ਠੀਕ ਹੈ, ਜਿਹੜਾ ਤੇਰੀ ਵੀਡੀਓ ਦੇਖ ਕੇ ਹੈਗਾ 5,000 ਹੋਰ ਕਰਾਂਗੇ, ਆਹ ਤੇਰਾ 25 ਹੋ ਗਿਆ ਚੱਕ। ਲੈ ਵੀ ਮਿੱਤਰੋ ਵੀਡੀਓ ਦੇਖ ਕੇ ਸਕਰੀਨਸ਼ਾਟ ਦਿਖਾ ਦਿਓ ਬਾਈ ਕਲਵੀਰ ਨੂੰ, ਆਹ ਸਵਰਾਜ 855 ਟਰੈਕਟਰ 514 ਘੰਟੇ ਚੱਲਿਆ
21 ਮਾਡਲ ਆ ਤੇ ਇਹਦੇ ਵਿੱਚੋਂ ਡਿਸਕਾਊਂਟ ਹੋ ਗਿਆ 25,000। ਆਧਾਰ ਕਾਰਡ ਤੇ ਵੀ ਦੇ ਦਾਂਗੇ। ਠੀਕ, ਆਧਾਰ ਕਾਰਡ ਤੇ, ਆਧਾਰ ਕਾਰਡ ਤੇ ਵੀ ਦੇ ਦਾਂਗੇ। ਉਹ ਕਿਵੇਂ ਹੁਣ ਮੈਨੂੰ ਸਹੀ ਹੋਣੀ ਚਾਹੀਦਾ, ਲੋਨ ਹੀ ਹੋਜੂ ਤੇ ਤਸ਼ੀਲ ਇੰਨੇ ਦਾ ਤਾਂ ਲੈ ਵੀ ਮੇਰੇ ਤੋਂ ਇੰਨੇ ਕਿ ਤਾਂ ਲੋਨ ਹੋਜੂ। ਜੇ ਮੈਂ ਕਿਹਾ ਜੀ ਆਧਾਰ ਕਾਰਡ ਦੇ ਕੈਪਟਨ ਨੇ ਸਮਾਰਟਫੋਨ ਤਾਂ ਨਹੀਂ ਦਿੱਤੇ, ਆਪਾਂ ਦੇ ਦੇਵਾਂਗੇ, ਟਰੈਕਟਰ ਦੇ ਦੂੰਗਾ, ਆਪਾਂ ਦੇ ਦਿਆਂਗੇ, ਨਹੀਂ ਟਰੈਕਟਰ ਮਿਲ ਜੂਗਾ ਤੁਹਾਨੂੰ। ਤੇ ਉਦੋਂ ਅੱਗੇ ਆ ਗਿਆ ਜੀ ਜੌਂਡੀਅਰ 50-55E, ਤੇ ਜਿਵੇਂ ਕਿ ਜੀ ਖੜਾਵਾ 53-10 ਤੇ 53-10 ਹੀ ਆ, ਤੇ 53-10 ਹੀ ਆ, ਕੰਪਨੀ ਨੇ ਨਾ ਹੀ ਬਦਲਿਆ। ਠੀਕ ਹੈ, ਉਹੀ 3 ਸਪੀਡ ਆ, ਉਹੀ ਗੇਅਰ ਆ, ਸਾਰਾ ਕੁਝ ਸੇਮ ਹੀ, ਸਾਰਾ ਕੁਝ। ਤੇ ਇੱਕ ਗੱਲ ਹੋਰ ਆ ਗਲਵੀਰ, ਆ ਮੇਲਾ ਜੇ ਕਿਸੇ ਬੰਦੇ ਨੇ ਲੁੱਟਣਾ ਲੁੱਟ ਕੇ ਲਿਜਾ ਸਕਦਾ। ਠੀਕ ਹੈ, ਮੇਲਾ ਰੇਟ ਦੇਖ ਲੈ ਤੇ ਕੀ ਲਿਖਿਆ, 12 ਮਾਡਲਾਂ ਤੇ 3,00,000 ਤੇ 65,000 ਰੁਪਇਆ ਡਿਮਾਂਡ। ਹੋ ਸਕਦਾ ਕਿਤੇ ਨਹੀਂ ਹੋ ਸਕਦਾ, ਘੱਟੋ ਘੱਟ 5,00,000 ਰੁਪਇਆ ਰੇਟ ਲਿਖਿਆ ਉਹ ਹਰ ਇੱਕ ਬੰਦੇ ਦਾ। ਸਹੀ ਗੱਲ ਹੈ, 12 ਮਾਡਲ ਦੇ ਵਿੱਚ ਆ ਮਿੱਤਰੋ 50-55 ਟਰੈਕਟਰ, ਟਰੈਕਟਰ ਦੀ ਕੀ ਸਹੀ ਹੈ ਤੇ ਨੰਬਰ ਕਿੱਥੋਂ ਦਾ ਹੈ ਗਲਵੀਰ? ਨੰਬਰ ਹਰਿਆਣੇ ਦਾ। ਠੀਕ ਹੈ, NOC NOC ਨਹੀਂ ਦਿੰਦੇ ਆਪਾਂ। ਠੀਕ ਹੈ, NOC ਨਹੀਂ ਮਿਲਣੀ। ਹਰਿਆਣਾ ਨੰਬਰ ਆ ਜੀ, 12 ਮਾਡਲ ਆ, 3,65,000 ਰੁਪਇਆ ਡਿਮਾਂਡ ਆ। ਇਹੀ ਤਾਂ ਧਮਾਕਾ, ਡਿਸਕਾਊਂਟ ਹੀ ਆ ਸਾਰਾ ਇਹ, ਡਿਸਕਾਊਂਟ ਹੀ ਹੈ, ਡਿਸਕਾਊਂਟ ਹੀ ਆ ਸਾਰਾ ਇਹ। 3 ਸਪੀਡ ਦੇ ਵਿੱਚ ਆ ਮਿੱਤਰੋ। ਤੇ ਗੱਲ ਹੋਰ ਆ ਗਲਵੀਰ, ਜਦੋਂ ਬੰਦਾ ਟਰੈਕਟਰ ਲੈਂਦਾ ਜਿਵੇਂ ਕਿਹੜੀ ਹੁਣ ਕੰਪਨੀਆਂ ਜੌਂਡੀਅਰ ਹੋਊਗੀ ਜਾਂ ਸਵਰਾਜ ਜਾਂ ਹੋਲੈਂਡ, ਇਹਨਾਂ ਦੀ ਵੀ ਰੇਸ ਆ, ਇਹਨਾਂ ਦੀ ਸਹੀ ਮਹੀਨਿਆਂ ਦੇ ਵਿੱਚ ਜਿਵੇਂ ਕਿਹੜੀ ਵਾਲਾ ਕਹਿੰਦਾ ਜਾਂ 53-10 ਜਾਂ 855 ਜਾਂ ਹੋਲੈਂਡ, ਵੀ ਟਰੈਕਟਰ ਤਾਂ ਇਹੀ ਆ ਜਿਹੜਾ ਘਰ ਜਲ ਵੀੜ ਦੇ ਘੱਟ ਆ। ਇਹਨੂੰ ਵੱਡੀ ਮਸ਼ੀਨ ਤੇ ਚੜਾ ਲਓ, ਸਾਇਲੈਂਟ ਟਰੈਕਟਰ ਹੈ। ਠੀਕ ਹੈ, ਜ਼ੋਰ ਜਿੰਨਾ ਮਰਜ਼ੀ ਕਰਵਾ ਲਓ, ਇਹਨੂੰ ਦਿੱਕਤ ਹੀ ਕੋਈ ਨਹੀਂ। ਠੀਕ ਹੈ, ਟੂੜੀ ਵਾਲੀ ਤੇ ਲਾ ਲਓ, ਟਰਾਲੇ ਤੇ ਪਾ ਲਓ। ਨਹੀਂ, ਜਦੋਂ ਆਏ ਜੇ ਸੀਗੇ ਨਾ ਉਦੋਂ ਆਪਣੇ ਵਾਲੇ ਕਹਿੰਦੇ ਸੀ ਪਤਾ ਨਹੀਂ ਕੀ ਪਤਾ ਬਾਹਰ ਲਈ ਤਾਂ ਭਾਈ ਜੱਚਦੇ ਨਹੀਂ, ਤੇ ਅੱਜ ਕੱਲ੍ਹ ਮੈਂ ਕਹਿੰਦਾ ਲੈਂਦੇ ਹੀ ਅਗਲਾ ਜੌਂਡੀਅਰ ਵੀ ਕਹਿੰਦਾ ਵੀ ਜੌਂਡੀਅਰ ਦਾ ਟਰੈਕਟਰ ਹੀ ਨਹੀਂ ਕੋਈ। ਕਹਿੰਦੇ ਹੁੰਦੇ ਆ ਵੀ ਹਰਾ ਮੱਥੇ ਲੱਗੇ ਆਪਾਂ ਹਰਾ ਮੱਥੇ ਲੱਗਿਆ ਸ਼ੁੱਭ ਮੰਨਦੇ ਹੁੰਦੇ ਆ। ਹਾਂ, ਇਹ ਤਾਂ ਜਦੋਂ ਘਰੇ ਖੜਾ ਹੋਏ ਤਾਂ ਸ਼ੁੱਭ ਹੀ ਸ਼ੁੱਭ ਆ, ਸਾਰਾ ਸ਼ੁੱਭ ਹੀ ਸ਼ੁੱਭ ਆ, ਇਹ ਤਾਂ ਹਰਾ ਆਪ ਹੀ ਹਰਾ। ਤੇ 3,65 ਡਿਮਾਂਡ ਆ ਮਿੱਤਰੋ, ਡਿਮਾਂਡ ਤੇ ਤਾਂ ਤੂੰ ਲੈਣਾ ਨਹੀਂ ਬਾਈ ਕੁਲਵੀਰ ਤੋਂ ਡਿਸਕਾਊਂਟ, ਇਹ ਤੇ ਵੀ ਲਵਾਂਗੇ ਕੁਲਵੀਰ ਬਾਈ ਤੋਂ। ਤੇ ਇਹ ਤੇ ਕਿੰਨਾ ਕਰੇਗਾ ਹੁਣ? ਪਹਿਲਾਂ ਹੀ ਬਹੁਤ ਕਰ ਡਿਸਕਾਊਂਟ ਉਹਦੀਆਂ, ਜਿਹੜਾ ਰੇਟ ਆ ਨਾ, ਜਿਹੜਾ ਰੇਟ ਤੇ ਤਾਂ ਲੈਣੀ ਨਹੀਂ, ਦੇਖੋ ਤੈਨੂੰ ਪਤਾ ਨਹੀਂ 3,50,000 ਦਾ ਜੀ, 3,50,000 15,000 ਰੁਪਇਆ ਇਹ ਤੋਂ ਘੱਟ ਜੂ। ਤੇ ਉਦੋਂ ਅੱਗੇ ਆ ਗਿਆ ਜੀ ਮਹਿੰਦਰਾ 475, ਇਹ ਗਹਿਣਾ ਹੈਗਾ, ਇਹ ਜਮਾ ਗਹਿਣਾ। ਹਾਂ, ਦੇਖੋ ਯਾ ਹੁਣ ਤਾਂ ਜਿਵੇਂ ਕਿ ਕੈਮਰਾ ਬਣਵਾ ਇਹਦੇ 4 ਸਪਰੇ ਮੜਾ, ਇਹ ਟਾਇਰਾਂ ਦੇ ਟਾਇਰਾਂ ਦਾ ਨਵਾਂ ਤੇ ਮਾਡਲ 97 ਆ, 50 ਨੰਬਰ ਆ, 50 ਨੰਬਰ ਹੈ, ਤੇ ਇੰਜਣ ਜਮਾ ਸੁੱਕਾ ਪਿਆ ਟਰੈਕਟਰ ਦਾ, ਸਮਾਨ ਵੀ ਸਾਰਾ ਪੂਰਾ। ਠੀਕ ਹੈ, ਚਾਰੇ ਟਾਇਰ ਨਵੇਂ ਆ, ਚਾਰੇ ਸਰਵਿਸ ਕਰਨ ਦੀ ਵੀ ਲੋੜ ਨਹੀਂ, ਨਵੇਂ ਆ, ਡੰਡਾ ਫੱਟੀ ਸਾਰਾ ਕੁਝ ਮਿਲੂਗਾ, ਸਰਵਿਸ ਕਰਨ ਦੀ ਵੀ ਲੋੜ ਨਹੀਂ, ਤੇਲ ਵੀ ਬਦਲਿਆ ਵਾ, ਤੇਲ ਵੀ ਬਦਲਿਆ ਵਾ ਮਿੱਤਰੋ, ਸਰਵਿਸ ਦੀ ਲੋੜ ਨਹੀਂ। ਤੇ 1,65,000 ਰੁਪਇਆ ਡਿਮਾਂਡ ਆ, ਜਿਵੇਂ ਕਿ ਵੇਚਣ ਵਾਲਾ ਰੇਟ ਆ, ਇਹ ਵੇਚਣ ਵਾਲਾ ਰੇਟ ਆ, ਹੁਣ ਤਾਂ ਗਲਵੀਰ ਖੜਾ ਦੇਖ ਕੇ ਪਾ, ਉਹਨਾਂ ਕਬਾੜੀ ਨੀ ਕਹਿੰਦਾ ਹੁੰਦੇ ਵੀ ਆ ਬੰਪਰ ਦਾ ਇੰਨਾ ਕਬਾੜੀ ਜਾਂਦੇ ਜਾਂਦੇ ਉਹਨਾਂ ਨੇ ਇੱਥੋਂ ਵੜ ਜਾਣਾ ਕਬਾੜੀ, ਉਹ ਤਾਂ ਕਹਿੰਦੇ ਇੰਨੇ ਕ ਤਾਂ ਹੈਗਾ। ਇੱਕ ਚੀਜ਼ ਹੋਰ ਹੈ, ਇਹ ਖੂਬੀਆਂ ਆਪਾਂ ਚੰਗੇ ਟਰੈਕਟਰ ਦੀਆਂ ਗਿਣਾ ਸਕਦੇ ਹਾਂ, ਨਵੇਂ ਦੀਆਂ ਉੱਚੇ ਮਾਡਲ ਦੀਆਂ। ਹਾਂ, ਪੁਰਾਣੇ ਮਾਡਲਾਂ ਦੀਆਂ ਨਹੀਂ ਖੂਬੀਆਂ ਹੁੰਦੀਆਂ, ਨਹੀਂ ਕਿਸੇ ਦੇ ਬੰਪਰ ਨਹੀਂ ਹੁੰਦਾ, ਡੰਡਾ ਨਹੀਂ ਹੁੰਦਾ, ਫੱਟੀ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਇਹਦੇ A to Z ਸਮਾਨ ਪੂਰਾ ਹੈਗੇ, 21 ਮਾਡਲ ਦੇ ਨਾ ਹੋਵੇ ਤੇ ਫੁੱਲ ਹੈ। ਹਾਂ, ਜਿਵੇਂ ਕਿ ਸਾਰਾ ਕੁਝ ਪੂਰਾ, ਟਾਇਰ ਵੀ ਨਵੇਂ ਹੈ, ਇੰਜਨ ਗੇਅਰ ਵੀ ਚੰਗਾ, ਬੰਪਰ ਵੀ ਲੱਗਾ, ਡੰਡਾ ਫੱਟੀ ਛਤਰੀ ਸਾਰਾ ਕੁਝ ਪੂਰਾ ਹੈ, ਜਿਵੇਂ ਕਿ ਛੋਟੀ ਪੂੰਜੀ ਦਾ ਟਰੈਕਟਰ ਹੈ। ਅੱਛਾ, 1,65,000 ਰੁਪਇਆ ਡਿਮਾਂਡ ਆ, ਤੇ ਜਿਵੇਂ ਕਿ ਕਾਗਜ਼ਾਂ ਪੱਤਰਾਂ ਤੋਂ ਲਾ ਕੇ ਹਾਰ ਸ਼ਿੰਗਾਰ ਸਾਰੀ ਲੱਗਿਆ ਵਾ ਫੁੱਲ ਆ ਜੀ, ਤੇ ਹੁਣ 1,65,000 ਦਾ ਡਿਮਾਂਡ ਆ ਤੇਰੀ, 97 ਮਾਡਲ ਪੂਰੀ ਸੂਰੀ, ਨਹੀਂ ਪੂਰੀ ਨਹੀਂ, ਇਹ ਤਾਂ ਫਿਰ ਮੰਗੇ ਮੌਤ ਵਾਲਾ ਕੰਮ ਆ, ਇਹ ਤਾਂ ਤੈਨੂੰ ਉੱਥੋਂ ਕਹਿਣ ਲੱਗੇ ਨੇ ਕਹਿੰਦਾ ਵੀ ਮੰਗੇ ਮੌਤ ਵਾਲਾ ਕੰਮ ਹੀ ਆ। ਹੁਣ ਇਹ ਦੱਸ, 2,50,000 ਰੁਪਏ ਦਾ ਦੇ ਦੇ, 2,50,000 ਰੁਪਏ ਦਾ ਟਰੈਕਟਰ ਬਣ ਜੇ ਮਤਲਬ 15,000 ਰੁਪਇਆ ਇਹਦੇ 'ਚੋਂ, ਨਾ ਇਹਦੇ 'ਚ 1 ਰੁਪਇਆ ਕਿਤੇ ਨਾ, ਜਾਇਜ਼ ਰੇਟ ਆ ਜਿਵੇਂ ਆਪਾਂ ਖਿੱਚ ਲੈਂਦੇ ਆ, ਇਹਦੇ 'ਚ ਇੱਕ ਹੋਰ ਹੈ, ਇਹਦਾ ਇੱਕ ਹੋਰ ਗੱਲ ਕਰ ਦਿੰਦਾ,
ਵੀ ਇਹਦੇ 3 ਰੁਪਏ ਹੋਰ ਡਿਸਕਾਊਂਟ 1 ਰੁਪਿਆ ਵੀ ਹੈਣੀ ਠੀਕ ਹੈ ਹੋਰ ਟਰੈਕਟਰ ਚ ਤਾਂ ਚਲਾ ਪਏ ਜਿਹੜੇ ਰੇਟ ਦੱਸਿਆ 1000 2000 ਦਾ ਮਾਣ ਹੋ ਜੂ ਠੀਕ ਹੈ ਇਹਦੇ ਚ ਸਿਰੇ ਵਾਲਾ ਹੀ ਆ ਜਮਾ ਟਰੈਕਟਰ ਮਿੱਤਰੋ ਪੂਰਾ ਚੰਗਾ ਜਿਵੇਂ ਕਿ ਤੂੰ ਛਾਪਾ ਮਾਰ ਲਿਆ ਦੇ ਵਿੱਚ ਹਨ ਤੂੰ ਮਾਰ ਲਿਆ ਛਾਪਾ ਰੇਟ ਪੂਰਾ ਹੀ ਲਿਖਿਆ ਸੀਗਾ ਤੂੰ ਕਹਿੰਦਾ ਕਟਾ ਤਾਂ ਘਟਾਉਣਾ ਪੈ ਗਿਆ ਨਹੀਂ ਘਟਾਉਣਾ ਕੁਛ ਨਹੀਂ ਜਿਵੇਂ ਕਹਦੀ ਹੈ ਕਿ ਇਹ ਮੰਡੀ ਜੀ ਮਿਸ ਹੋ ਜਾਂਦੇ ਫਿਰ ਆਉਂਦਾ ਜਿੱਤ ਆਇਆ ਨਹੀਂ ਹਾਂ ਫੇਰ ਆ ਗਿਆ ਹਾਂ ਉਦੋਂ ਅੱਗੇ ਆ ਗਿਆ ਜੀ ਫਾਰਮ ਟਰੈਕ 45 ਤੇ ਆਇਆ ਵਾ ਸੌਂਕੀ ਬੰਦੇ ਤੋਂ ਹਨਾ ਘੋੜਾ ਬੰਪਰ ਲੱਗਿਆ ਵਾ ਮਿੱਤਰੋ ਟਰੈਕਟਰ ਦੇ ਟਾਇਰ ਟੂਰ ਵੀ ਚੰਗੇ ਪਏ ਨੰਬਰ ਕਿੱਥੋਂ ਦਾ ਅਗਲੇ ਵੀਰੇ ਦਾ ਨੰਬਰ ਇਹਦਾ ਹਰਿਆਣੇ ਦਾ ਠੀਕ ਹੈ ਤੇ ਐਨਓਸੀ ਜਾਊਗੀ ਇਹਦੀ ਮੇਲਾ ਠੀਕ ਹੈ 11 ਮਾਡਲ ਦੇ ਟਰੈਕਟਰ ਆ ਘੋੜਾ ਬੰਪਰ ਤੇਰੇ ਸਾਹਮਣੇ ਆ ਚਾਰੇ ਟਾਇਰ ਨਵੇਂ ਆ ਟਰੈਕਟਰ ਦੇ ਠੀਕ ਹੈ ਜਿਹੜੀ ਵੱਡੀ ਖੂਬੀ ਆ ਦਾ ਓਰੀਜਨਲ ਆ ਸਾਰਾ ਟਰੈਕਟਰ ਠੀਕ ਹੈ ਸਾਰਾ ਟਰੈਕਟਰ ਓਰੀਜਨਲ ਆ ਤੇ ਮਿੱਤਰੋ ਦੇਖ ਸਕਦੇ ਹੋ ਰੰਗ ਪੇਂਟ ਸਾਰਾ ਚੰਗਾ ਪਿਆ ਟਰੈਕਟਰ ਆ ਉੱਤੇ ਆ ਟਾਕਾ ਇਹ ਪਿਆ ਨਾ ਸਟਿੱਕਰਾਂ 'ਚ ਆਹ ਚੀਜ਼ਾਂ ਦੇਖ ਲਓ ਠੀਕ ਹੈ ਇਹ ਓਰੀਜਨਲ ਹੀ ਆ ਸਾਰਾ ਸ਼ੋਅ ਤੇ ਵੀਰੇ ਕੈਮਰਾ ਮਰਵਾ ਦੇ ਮਾੜਾ ਜਿਹਾ ਮਤਲਬ ਕਲਮ ਕਿਤੇ ਲੱਗੀ ਨਹੀਂ ਟਰੈਕਟਰ ਦੇ ਜਿੰਨਾ ਰੰਗ ਪੇਂਟ ਆ ਨਾਲ ਦਾ ਟਰੈਕਟਰ ਦੇ ਹਨਾ ਤੇ ਨਾਲੇ ਇਹ ਟਰੈਕਟਰ ਦੇ ਟਾਇਰ ਵੀ ਨਵੇਂ ਆ ਟਾਇਰ ਨਵੇਂ ਆ ਠੀਕ ਹੈ ਫਾਰਮ ਟਰੈਕ 45 ਮਿੱਤਰੋ ਇਹ ਟਰੈਕਟਰ ਕਿੰਨਾ ਮਾਡਲ ਹੈ 11 ਮਾਡਲ ਦੇ ਵਿੱਚ ਆ ਤੇ ਹਰਿਆਣਾ ਨੰਬਰ ਆ ਐਨਓਸੀ ਮਿਲ ਜੂ 3,42,000 ਬਾਈ ਕਲਵੀਰ ਦੀ ਡਿਮਾਂਡ ਆ ਇਹ ਟਰੈਕਟਰ ਦਾ ਹੋਰ ਆ ਫਾਰਮ ਟਰੈਕ ਜਿਹੜੇ ਬੰਦੇ ਦੇ ਲੋਟ ਆ ਗਿਆ ਸ਼ੁਰੂ ਤੋਂ ਉਹ ਬਹੁੰਦਾ ਵੀ ਮੁੜ ਕੇ ਇਹੀ ਆ ਯਾਰ ਇੱਕ ਗੱਲ ਆ ਆਲਾ ਚਾਹੇ 60-65 ਲੈ ਜੇ ਚਾਹੇ 60-55 ਲੈ ਜੇ ਹਨਾ 10 ਲੱਖ ਵਾਲਾ ਟਰੈਕਟਰ ਘਰੇ ਖੜਾ ਹੋਵੇ ਠੀਕ ਹੈ ਅੱਜ ਆਪਾਂ 10 ਲੱਖ ਦਾ ਟਰੈਕਟਰ ਨਵਾਂ ਲੈ ਲਈਏ ਠੀਕ ਹੈ ਜੇ ਕੋਈ ਮਜਬੂਰੀ ਹੋ ਜੇ ਵੀ ਟਰੈਕਟਰ ਵੇਚਣਾ ਹਨਾ ਹਾਂ ਉਹ ਵੇਚ ਕੇ ਤੇ ਇਹਨੂੰ ਘਰੇ ਲਾ ਲਓ ਤੇ ਘਾਟ ਨਹੀਂ ਮਹਿਸੂਸ ਹੁੰਦੀ ਨਵੇਂ ਦੀ ਠੀਕ ਹੈ ਜਿਵੇਂ ਉਹਦੀ ਜਗ੍ਹਾ ਨਵੇਂ ਦੀ ਲੈਂਦਾ ਅੱਜ ਵੀ ਲੈਂਦਾ ਲੋੜਾਂ ਪੂਰੀਆਂ ਕਰਦਾ ਲੋੜਾਂ ਪੂਰੀਆਂ ਕਰਦਾ ਇਹ ਨੀਗਾ ਵੀ ਯਾਰ ਆਪਾਂ ਪੁਰਾਣਾ ਟਰੈਕਟਰ ਲਿਆਂਦਾ ਠੀਕ ਹੈ ਇਹ ਇਹਦਾ ਜਿਹੜਾ ਰੁਤਬਾ ਅੱਜ ਵੀ ਉੱਥੇ ਹੀ ਖੜਾ ਹੈ ਉੱਥੇ ਹੀ ਖੜਾ ਇਹਦਾ ਰੁਤਬਾ ਬਾਕੀ ਮਿੱਤਰੋ ਇਹ ਟਰੈਕਟਰ ਦੀ ਹੋਰ ਆ ਗੱਲ ਨਾ ਤਾਂ ਇਹਨਾਂ ਦਾ ਖੜਾਵਾ ਜਾਂਦਾ ਜਾਂ ਪਹਿਲਾਂ ਇਹਦਾ ਮੜਕ ਜੀ ਰਹਿਣਾ ਇਹਨੇ ਤਾਂ ਖੜਾਵਾ ਉਵੇਂ ਰਹਿਣਾ ਜਮਾ ਤੇ ਟਰੈਕਟਰ ਜਿਵੇਂ ਕਹਦੀ ਹੈ ਜਿਹੜੇ ਬੰਦੇ ਨੇ ਬਾਲਿਆ ਜਿਵੇਂ ਜਿਹੜੇ ਨੇ ਫੋੜ ਬਾਲਿਆ ਹੋਰ ਚੱਲਦਾ ਉਹ ਹੋਰ ਨਹੀਂ ਚੱਲਦਾ ਉਦੋਂ ਬਾਅਦ ਫਾਰਮ ਟਰੈਕ ਲੈਣਾ 60 ਜਿਹਨੇ ਇਹ ਬਾਲਿਆ ਮੁੜ ਕੇ ਉਹ ਇਹੀ ਬਾਹੂ ਇਹ ਫੋੜ ਹੀ ਆ ਚਲੋ ਕੰਪਨੀ ਦਾ ਨਾਂ ਚੇਂਜ ਹੋ ਗਿਆ ਖਰਚਾ ਖੁਰਚਾ ਕਿਵੇਂ ਆ ਖਰਚਾ ਤਾਂ ਬਹੁਤ ਨਾਰਮਲ ਹੁੰਦਾ ਨਾਰਮਲ ਖਰਚਾ ਡਬਲ ਕਲਚ ਟਰੈਕਟਰ ਹੈ ਠੀਕ ਹੈ 15-20 ਕਿੱਲਾਂ ਦੀ ਇਕੱਲੀ ਖੇਤੀ ਨੂੰ ਤਾਂ ਮਰਦੇ ਤੇ ਹੁਣ 3,42,000 ਤਾਂ ਡਿਮਾਂਡ ਹੋ ਗਈ ਕੁਲਵੀਰ ਤੇਰੀ ਦੇਣਾ ਕਿੰਨੇ ਦਾ ਟਰੈਕਟਰ ਆਪਣੇ ਦੇਖਣ ਇੱਕ ਦੱਸ ਦੇ ਯਾਰ 3,20,000 3,20,000 22,000 ਰੁਪਇਆ ਮਿੱਤਰੋ ਆਹ ਟਰੈਕਟਰ ਦੇ ਵਿੱਚੋਂ ਰੇਟ ਘਟ ਗਿਆ ਹਨਾ ਤੇ ਜਮਾ ਬਾਜ ਬਜਾਰ ਰੇਟ ਹੀ ਆਪਾਂ ਕੁਲਵੀਰ ਬਾਈ ਨੂੰ ਸੋਥੋਂ ਪਹਿਲੀ ਖਿੱਚ ਲੈਨੇ ਹੁੰਨੇ ਆ ਵੀ ਦੱਸ ਦੇ ਹੁਣ ਦੇਣ ਲੈਣ ਵਾਲੀ ਕੀ ਦੁਨੀਆ ਦਾ ਤਿੰਗ ਤੋਂ ਤਿੰਗ ਪਈ ਆ ਪਰ ਆਪਣੇ ਰੇਟ ਤਕਰੀਬਨ ਸਾਰੀ ਗੱਲ ਪਤਾ ਕੀ ਆ ਕੁਲਵੀਰ ਜਿਵੇਂ ਮੈਂ ਪਹਿਲਾਂ ਵੀ ਇੱਕ ਵਾਰ ਕਰੀ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਕਈ ਵਾਰੀ ਨਾ ਵਿੱਚ ਡੀਲਰਾਂ ਦੇ ਆਪਾਂ ਰੇਟ ਦੇਖਦੇ ਆ ਹਨਾ ਜਾਂ ਬੰਦਾ ਆ ਕੇ ਕੀ ਕਰਦਾ ਜਿਵੇਂ ਤੇ 3,42 ਵਾਲਾ ਕਹਿੰਦਾ 3,80 ਨਹੀਂ ਆਲਾ ਲਾਉਂਦਾ ਵਿੱਚ ਮੇਰੇ ਵਰਗੇ ਨੇ ਜੀ ਨਾ ਟਰੈਕਟਰ ਲੈਣਾ ਹੁੰਦਾ ਆਲਾ ਪਹਿਲਾਂ ਦੇਖਦਾ ਯਾਰ ਕਲਿੰਟਰ ਤਾਂ ਅਸੀਂ ਬਾਹਲਾ ਮਹਿੰਗਾ ਯਾਰ ਸਾਡੇ ਪਰੇ ਆਲਾ ਕੋਲ ਵੀ ਨਹੀਂ ਜਾਂਦਾ ਆਲਾ ਕਹਿੰਦਾ ਕਿੰਨਾ ਕੁ ਘਟੂ ਯਾਰ ਸਾਡੇ ਪਰੇ ਲੈ ਹੋਰ ਦੇਖਦੇ ਇੱਕ ਗੱਲ ਹੋਰ ਵੀ ਵੀ ਜੇ ਤਾਂ ਹੁਣ ਰੇਟ ਹਟਾਏ ਹੁਣ ਹਾਂ ਤੂੰ ਮੈਥੋਂ ਵੀਡੀਓ 'ਚ ਰੇਟ ਪੁੱਛੀ ਜਾ ਹਾਂ ਮੈਂ ਦੱਸ ਦੂੰਗਾ ਠੀਕ ਹੈ ਉਹ ਇੰਨੀ ਗੱਲ ਯਾਦ ਨਹੀਂ ਰਹਿੰਦੀ ਆਹ ਪੱਕਾ ਪ੍ਰੂਫ ਹੈ ਹਾਂ ਇਹ ਪੱਕਾ ਮੈਂ ਇਹਨੂੰ ਬਾਅਦ 'ਚ ਅੱਸੀ ਕਰ ਲਾਂ ਤੇਰੀ ਵੀਡੀਓ 'ਚ ਤਾਂ ਨਹੀਂ ਵੱਸੀ ਹੁੰਦਾ ਸਹੀ ਗੱਲ ਹੀ ਰਹੂਗਾ ਉਹ ਤਾਂ ਇੰਨਾ ਹੀ ਰਹੂਗਾ ਹੁਣ ਕਈ ਬੰਦੇ ਕੀ ਕਰਦੇ ਆ ਵੀਡੀਓ ਬਣਾਉਣਗੇ ਜਦੋਂ ਉਹ ਰੇਟ ਨਹੀਂ ਲਿਖਦੇਗੇ ਠੀਕ ਹੈ ਉਹ ਰੇਟ ਦੱਸੀ ਜਾਣਗੇ ਉਹ ਆਪਣਾ ਬੰਦਾ ਹਰੇਕ ਹੀ ਭੁੱਲ ਜਾਂਦਾ ਸਹੀ ਗੱਲ ਆ ਹਾਂ ਇਹਦੇ ਨਾਲ ਯਾਦ ਵੀ ਰਹਿ ਜਾਂਦਾ ਬਾਕੀ ਪੱਕਾ ਪ੍ਰੂਫ ਹੈ 11 ਮਾਡਲ ਆ 22,000 ਡਿਸਕਾਊਂਟ ਆ ਟਰੈਕਟਰ ਦੇ ਵਿੱਚੋਂ ਟਰੈਕਟਰ ਪੂਰਾ ਚੰਗਾ